ਆਪਾਂ ਗੁਰੂ ਘਰ ਨੂੰ ਚਲੇ ਪਾਤੇ ਆ ਤੇ ਸਵੇਰ ਦਾ ਟਾਈਮ ਹੋਇਆ 7 ਵਜੇ ਦਾ। ਹਾਂਜੀ ਸਵੇਰ ਦਾ ਟਾਈਮ ਹੋਇਆ 7 ਵਜੇ ਦਾ ਤਾਂ ਹੁਣ ਆਪਾਂ ਗੁਰੂ ਘਰ ਨੂੰ ਚਾਲੇ ਪਾਤੇ ਆ। ਇੱਥੋਂ ਕੋਈ 1.5 ਕਿਲੋਮੀਟਰ ਹੈਗਾ ਗੁਰਦੁਆਰਾ ਸਾਹਿਬ ਅਤੇ ਆਓ ਆਪਾਂ ਚਲਦੇ ਹਾਂ ਉਸ ਏਰੀਏ ਦੇ ਨਾਂ ਪੁੱਛਾਂਗੇ ਨਾਂ ਕੀ ਆ। ਬਾਕੀ ਮੈਂ ਰਾਤੀ ਇੱਕ ਵਾਰੀ ਗਿਆ ਸੀ ਉਹ ਰਾਤ ਦਾ ਟਾਈਮ ਵੀ ਥੋੜ੍ਹਾ ਨੇਰਾ ਹੋ ਗਿਆ ਸੀ। ਹੁਣ ਆਪਾਂ ਸਵੇਰੇ ਫਿਰ ਜਾਂਦੇ ਹਾਂ ਤਾਂ ਦਰਸ਼ਨ ਵੀ ਕਰਾਉਂਦੇ ਹਾਂ ਅਤੇ ਨਾਲ ਪਾਪ ਕਰਦੇ ਹਾਂ। ਇਹ ਫਿਰ ਬਾਜ਼ਾਰ ਆ ਜਿਹੜਾ ਰਸਤੇ 'ਚ ਆਪਾਂ ਲੰਘ ਕੇ ਜਾਣਾ ਆ। ਜੀ ਆਪਾਂ ਹੁਣ ਜਿਹੜੀ ਆ ਐਂਟਰੀ ਕਰਤੀ ਆ ਗੁਰਦੁਆਰਾ ਸਾਹਿਬ ਨੂੰ ਅਤੇ ਵਿੱਚ ਹੀ ਮੰਦਰ ਆ, ਬਹੁਤ ਜ਼ਿਆਦਾ ਸੰਗਤ ਆਉਂਦੀ ਆ ਇਸ ਏਰੀਏ ਦੇ ਵਿੱਚ। ਬਾਕੀ ਹੁਣ ਆਪਾਂ ਉਹ ਚੱਲਦੇ ਹਾਂ ਹੌਲੀ ਹੌਲੀ ਆਪਾਂ ਗੁਰਦੁਆਰਾ ਸਾਹਿਬ, ਬਹੁਤ ਵੱਡੀ ਅੰਦਰ ਅੰਡਰਗਰਾਊਂਡ ਜਿਹੜੀ ਮਾਰਕੀਟ ਬਣੀ ਹੋਈ ਆ। ਜੀ ਆਪਾਂ ਪੁੱਜ ਗਏ ਹਾਂ ਅਤੇ ਹੁਣ ਆਪਾਂ ਜਾ ਰਹੇ ਹਾਂ ਉੱਪਰ ਦੀ ਸਾਈਡ 'ਤੇ। ਇਹ ਵਿੱਚ ਹੀ ਮਾਰਕੀਟ ਬਣੀ ਹੈ ਇੱਦਾਂ ਹੀ ਮੰਦਰ ਦੀ ਆ, ਵਿੱਚ ਗੁਰਦੁਆਰਾ ਸਾਹਿਬ ਦੀ ਆ। ਇੱਥੇ ਆਪਾਂ ਹੁਣ ਜੋੜੇ ਲਾ ਕੇ ਅਤੇ ਫਿਰ ਆਪਾਂ ਚੱਲਾਂਗੇ ਉੱਪਰ ਸਾਈਡ 'ਤੇ। ਜੀ ਇਹ ਜਿਹੜਾ ਏਰੀਆ ਆਪਣਾ ਹੈਗਾ ਗੁਰਦੁਆਰਾ ਸਾਹਿਬ ਦਾ ਏਰੀਆ, ਇਹ ਗੁਰਦੁਆਰਾ ਸਾਹਿਬ ਜਿਹੜਾ ਏਰੀਆ ਇਹ ਪੈਂਦਾ ਆ ਬਰ ਦੁਬਈ ਹੈਬਰਾ। ਇਸ ਏਰੀਏ ਨੂੰ ਕਹਿੰਦੇ ਆ ਹੈਬਰਾ। ਸੋ ਹੁਣ ਆਪਾਂ ਚੱਲਦੇ ਹਾਂ ਉੱਪਰ ਵਾਲੀ ਸਾਈਡ ਨੂੰ। ਵਿੱਚ ਦੀ ਇਸ ਦੇ ਵਿੱਚ ਮੰਦਰ ਵਿੱਚ ਗੁਰਦੁਆਰਾ ਸਾਹਿਬ। ਇਹ ਵਿੱਚ ਹੀ ਮੰਦਰ ਪੈ ਗਿਆ ਅਤੇ ਇਸ ਸਾਈਡ ਆਪਾਂ ਜਿਹੜਾ ਜਾਣਾ ਆ ਗੁਰਦੁਆਰਾ ਸਾਹਿਬ, ਉੱਪਰ ਵੱਲ ਨੂੰ ਗੁਰਦੁਆਰਾ ਸਾਹਿਬ ਆ। ਕਰੇ ਕਰਨੇ ਹਾਰ
ਹੁਣ ਆਪਾਂ ਬਾਹਰ ਦੀ ਜਿਹੜੀ ਐਂਟਰੀ ਲਿਖਿਆ ਹੋਇਆ ਉਹ ਕਰਦੇ ਆ। ਬਾਕੀ ਇੱਧਰ ਗੁਰਦੁਆਰਾ ਸਾਹਿਬ ਦਸ ਗੁਰੂਆਂ ਸਾਹਿਬ ਜਿਹੜੀ ਫੋਟੋ ਲੱਗੀ ਹੋਈ ਆ, ਇੱਧਰ ਆ ਕੇ ਜਿਹੜਾ ਆਪਾਂ ਫੇਰ ਵਾਪਸ ਆਉਂਦੇ ਹਾਂ ਮੰਦਰ ਵਾਲੇ ਸਾਈਡ 'ਤੇ। ਇੱਧਰ ਆਪਣਾ ਮੰਦਰ ਆ ਗਿਆ ਫੇਰ ਤੋਂ। ਬਾਅਦ 'ਚ ਆਪਾਂ ਇੱਥੋਂ ਵਾਪਸ ਆ ਗਏ, ਇੱਥੋਂ ਆਪਾਂ ਪ੍ਰਸ਼ਾਦ ਲਵਾਂਗੇ। ਇੱਥੇ ਵੀ ਡੱਬੇ 'ਚ ਨਾ ਪ੍ਰਸ਼ਾਦ ਪਾਇਆ ਹੁੰਦਾ, ਫਿਰ ਆਪਾਂ ਲੈ ਕੇ ਫਿਰ ਆਪਾਂ ਜਾਣਾ ਅੱਗੇ। ਇਹ ਆਪਣੀ ਜਿਹੜੀ ਐਂਟਰੀ ਆ ਉਹ ਬਾਹਰ ਦੀ ਐਂਟਰੀ ਹੈਗੀ ਆ। ਇੱਥੋਂ ਆਪਾਂ ਜਾਵਾਂਗੇ ਹੁਣ ਥੱਲੇ ਇਹਨੂੰ, ਇੱਥੋਂ ਆਪਾਂ ਹੁਣ ਬਾਹਰ ਆ ਜਾਵਾਂਗੇ। ਇੱਦਾਂ ਜਿਹੜੇ ਸਟੈਪ ਆ ਤਿੰਨ ਚਾਰ ਬਣੇ ਹੋਏ ਆ ਇਹੀ ਗਲੀ ਦੇ ਵਿੱਚ, ਤੇ ਉਹ ਆਪਾਂ ਫੋਲੋ ਕਰਨੇ ਆ। ਉੱਧਰ ਤੋਂ ਬਾਹਰ ਨਿਕਲਣਾ, ਹੁਣ ਆਪਾਂ ਫੇਰ ਤੋਂ ਆਪਾਂ ਉੱਥੇ ਆ ਗਏ ਕੋਈ ਜਗ੍ਹਾ ਤੇ ਜਿੱਥੋਂ ਆਪਾਂ ਜੋੜੇ ਲਏ। ਇਹ ਨਾ ਗੁਰਦੁਆਰੇ ਦੀ ਬੈਕ ਸਾਈਡ ਤੇ ਜਿਹੜੀ ਆ ਬੋਟਿੰਗ ਹੁੰਦੀ ਆ, ਆਹ ਤੁਸੀਂ ਦੇਖ ਰਹੇ ਹੋ ਨਾ ਬੰਦ ਦੋ ਕਿਆ ਬਾਤ ਆ, ਲੋਕ ਇਕੱਲੇ ਇਕੱਲੇ ਵੀ ਜਾ ਰਹੇ ਆ ਤੇ ਇਕੱਠੇ ਵੀ ਜਾ ਰਹੇ ਆ। ਉਹਨਾਂ ਦਾ ਪ੍ਰਾਈਜ਼ ਕੀ ਆ, ਇਹਨਾਂ ਦਾ ਪ੍ਰਾਈਜ਼ ਜਿਵੇਂ ਸਨ 150 ਕਹਿ ਰਹੇ ਇੱਦਾਂ, ਬਾਕੀ ਜੇ ਇਕੱਠੇ ਜਾ ਰਹੇ ਇਹਨਾਂ ਦਾ ਅਲੱਗ ਅਲੱਗ ਵੀ ਹੋ ਸਕਦਾ। ਬਾਕੀ ਮਜ਼ਾ ਆਉਂਦਾ ਘੁੰਮਣ ਦਾ, ਇਹ ਤੁਹਾਨੂੰ ਦੂਜੀ ਵਾਰ ਫਿਰ ਮੌਕਾ ਮਿਲ ਰਿਹਾ ਵੇਖਣ ਨੂੰ। ਉਹਦਾ ਮੈਂ ਬਲੋਗ ਕੱਲ੍ਹ ਦਾ ਹੀ ਪਾ ਦਿੱਤਾ ਤਾ, ਪਰ ਅੱਜ ਆਪਾਂ ਦੁਬਾਰਾ ਤੋਂ ਫਿਰ ਥੋੜ੍ਹਾ ਜਿਹਾ ਮੈਂ ਸ਼ੂਟ ਕਰ ਲਈਏ ਹੋਰ ਬੀਚ ਦਾ ਨਜ਼ਾਰਾ ਲੈ ਲਈਏ। ਅਸਲ 'ਚ ਜਿਹੜਾ ਛੋਟੀ ਬੀਚ ਆ ਇਹ ਬਸ ਬੋਟਿੰਗ ਕਰਨ ਲਈ, ਵੱਡੀ ਬੀਚ ਜਿਹੜੀ ਆ ਉਹ ਬਹੁਤ ਦੂਰ ਆ। ਉੱਧਰ ਕਿਤੇ ਸਾਨੂੰ ਮੌਕਾ ਮਿਲੇਗਾ ਤਾਂ ਆਪਾਂ ਜਾਵਾਂਗੇ ਉਸ ਸਾਈਡ 'ਤੇ ਵੀ, ਫਿਲਹਾਲ ਤਾਂ ਆਪਾਂ ਇਹੀ ਚੀਜ਼ ਦੇਖਦੇ ਹਾਂ। ਮਾਰਕੀਟ ਜਿਹੜੀ ਆ ਗੁਰਦੁਆਰੇ ਦੀ ਬੈਕ ਸਾਈਡ ਦੀ ਮਾਰਕੀਟ ਆ, ਉੱਧਰ ਮੰਦਰ ਆ, ਇੱਧਰ ਗੁਰਦੁਆਰਾ ਮੰਦਰ, ਇਹ ਸਾਈਡ ਤੇ ਜਿਹੜੀ ਆ ਪੂਰੀ ਮਾਰਕੀਟ। ਆਹ ਚੀਜ਼ਾਂ ਜਿਹੜੀਆਂ ਆਪਾਂ ਨੇੜੇ ਤੋਂ ਨਹੀਂ ਵੇਖੀਆਂ ਸੀ ਉਸ ਦਿਨ ਵੀ, ਅੱਜ ਆਪਾਂ ਪੂਰੀ ਨੇੜੇ ਤੋਂ ਵੇਖ ਰਹੇ ਹਾਂ। ਬਹੁਤ ਸਾਰੀ ਇੱਥੇ ਜਿਹੜੀ ਆ ਬੋਟਿੰਗ ਲੱਗੀ ਹੋਈ ਆ, ਇੱਥੇ ਬੋਟਿੰਗ ਕਰ ਸਕਦੇ ਆਪਾਂ। ਅਨੇਕ ਨੇ ਜਿਹੜੀ ਕਿਸ਼ਤੀਆਂ ਨੇ ਉਹ ਇਸ ਸਾਈਡ ਤੇ ਖੜੀਆਂ ਨੇ, ਦੂਜੀ ਸਾਈਡ ਤੇ ਨਹੀਂ ਹੈਗੀਆਂ। ਤੁਹਾਨੂੰ ਮੈਂ ਫਿਰ ਤੋਂ ਦੱਸ ਦਿੰਦਾ ਵੀ ਜਿਹੜਾ ਇਹ ਏਰੀਆ ਹੈਗਾ ਬਰਦਬਈ ਹੈਬਰਾ ਮਾਰਕੀਟ ਦੇ ਵਿੱਚ ਆਪਾਂ ਗਏ ਜਿਹੜਾ ਗੁਰਦੁਆਰਾ ਸਾਹਿਬ ਆ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਜਿਹੜਾ ਮਿਊਜ਼ੀਅਮ ਬਣਿਆ ਇੱਥੇ। ਤੁਹਾਨੂੰ ਹੁਣ ਦੱਸਦੇ ਹਾਂ ਵੀ ਜਿਹੜੀ ਕੂੜਾ ਚੁੱਕਣ ਵਾਲੀ ਗੱਡੀ ਆ ਉਹ ਆ ਚੁੱਕੀ ਆ। ਹੁਣ ਆਹ ਇਹਨਾਂ ਨੇ ਅੱਗੇ ਲਾ ਤਾ ਆਪਣਾ ਛੋਟਾ ਜਿਹਾ ਜਿਹੜਾ ਡੱਬਾ ਆ, ਹੁਣ ਮਸ਼ੀਨ ਨੇ ਆਪਾਂ ਚੁੱਕਣਾ ਇਹਨੂੰ। ਆਹ ਵੇਖੋ ਇੱਧਰ ਦੀ ਮਸ਼ੀਨਾਂ, ਇਹਨੇ ਆਪਣੇ ਆਪ ਕੂੜਾ ਚੁੱਕ ਕੇ ਲਾ ਜਾਂਦੀਆਂ ਨੇ ਇੱਧਰ ਦੀਆਂ, ਹੈ ਕਿ ਨਹੀਂ ਗੱਲਬਾਤ ਪੂਰੀ। ਉਹ ਜਿਹੜਾ ਟੈਂਕ ਜਿਹਾ ਉਹ ਮਿੰਟ ਪਲਟਾ ਲਿਆ ਇਹਨੇ ਪੂਰਾ। ਓ ਯੋ ਕਿਆ ਬਾਤ ਆ, ਕੂੜਾ ਗਿਆ ਖਤਮ, ਹੁਣ ਦੂਜਾ ਟੈਂਕ ਇੱਕ ਹੋਰ ਆਊਗਾ ਉਹ ਵੀ ਇੱਦਾਂ ਹੀ ਭਰ ਲੈਣਗੇ। ਬਾਕੀ ਵਧੀਆ ਚੀਜ਼ ਇੱਥੋਂ ਦੀ, ਇੱਦਾਂ ਮਰਜਨੀ ਹਜ਼ਾਰ ਰਸਤੇ ਦੇ ਡੱਬੇ ਪਏ ਹੁੰਦੇ ਆ, ਸਾਰੇ ਡੱਬੇ ਚੱਕਦੀ ਜਾਂਦੀ ਆ ਕਿਉਂਕਿ ਸਵੇਰ ਨੂੰ ਦੁਪਹਿਰ ਤੱਕ ਭਰ ਦਿੰਦੇ ਆ ਨਾ, ਫਿਰ ਨਾਲ ਨਾਲ ਚੁੱਕ ਲੈਂਦੇ ਆ ਕੂੜਾ। ਬਾਕੀ ਇੱਦਾਂ ਹੀ ਆ, ਇਹ ਪੂਰੇ ਦੁਬਈ ਦੇ ਵਿੱਚ ਇੱਦਾਂ ਹੀ ਚੱਲਦੀਆਂ ਗੱਡੀਆਂ ਕੂੜੇ ਚੁੱਕਣ ਵਾਲੀਆਂ ਜੀ। ਆਪਾਂ ਫਾਈਨਲੀ ਜਿਹੜਾ ਆਪਣਾ ਰਹਿਣ ਵਾਸਤੇ ਰੂਮ ਉਹ ਆਪਾਂ ਹੁਣ ਲੈ ਲਿਆ ਹੋਇਆ। ਆਹ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ, ਆਹ ਮੇਰਾ ਸਾਰਾ ਰੂਮ ਆ, ਬਹੁਤ ਵਧੀਆ ਰੂਮ ਹੈ ਇੱਥੇ ਰਹਿਣ ਲਈ। ਬੈੱਡ ਲੱਗੇ ਹੁੰਦੇ ਆ, ਆਹ ਵੇਖ ਤੁਸੀਂ ਵੇਖ ਸਕਦੇ ਹੋ, ਅਤੇ ਕਮਰਾ ਆਪਣਾ ਵਧੀਆ ਪਿਆ ਬਿਲਕੁਲ। ਅਤੇ ਬਾਕੀ ਜਨਰਲ ਜਿਹੜਾ ਰੇਟ ਆ ਇੱਥੋਂ ਦਾ ਕੋਈ ਵੱਧ ਨਹੀਂ, ਬਾਕੀ ਏ ਸੀ ਵੀ ਲੱਗਾ ਹੋਇਆ। ਅਤੇ ਆਹ
ਪੱਖਾ ਲੱਗਾ ਆ ਸੋ ਵਧੀਆ ਆਹ ਬਾਲ ਬਾਲਕੋਨੀ ਹੈ ਇਹਤੇ ਤੁਸੀਂ ਬਾਹਰ ਜਾ ਕੇ ਆਪਣੇ ਕੱਪੜੇ ਕੁਪੜੇ ਸੁਕਾ ਸਕਦੇ ਹੋ ਜਿੱਦਾਂ ਹੈ ਨਾ ਇਹਤੇ ਤੁਸੀਂ ਆਪਣੇ ਕੱਪੜੇ ਕੁਪੜੇ ਸੁੱਕਣੇ ਪਾ ਸਕਦੇ ਹੋ ਬਾਕੀ ਥੱਲੇ ਰੈਸਟੋਰੈਂਟ ਹੈਗੇ ਰੋਟੀ ਖਾਣ ਵਾਸਤੇ ਇਹ ਆ ਬਾਈ ਆਪਣੇ ਨਾਲ ਆ ਵੀਰ ਹੁਣ ਨੇ ਜਾਣਾ ਆ ਸਪੇਨ ਅਤੇ ਹੁਣ ਤੁਹਾਨੂੰ ਵੀਰ ਹੋਣਾਂ ਦੀ ਵੀਡੀਓ ਵੀ ਆਏ ਜਦੋਂ ਵੀਰ ਹੋਣਾਂ ਇੱਥੋਂ ਸਪੇਨ ਜਾਣਗੇ ਅਤੇ ਉਹ ਜਿੱਦਾਂ ਜਿੱਦਾਂ ਜਾਂਦੇ ਉਹ ਆਪਾਂ ਨੂੰ ਵਿੱਚ ਆਪਾਂ ਐਡ ਕਰਾਂਗੇ ਕਲਿੱਪ ਸਾਰੀ ਅਤੇ ਤੁਸੀਂ ਨਾਲ ਵੇਖਿਓ ਵੀ ਵੀਰ ਹੋਣਾਂ ਜਿਹੜੀ ਸਪੇਨ ਆ ਉਹ ਕਿੱਦਾਂ ਜਾਂਦੇ ਆ ਅਤੇ ਕੀ ਰਸਤੇ 'ਚ ਦਿੱਕਤਾਂ ਆਉਂਦੀਆਂ ਨੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਕਿਤੇ ਦੋ ਦਿਨ ਬਾਅਦ ਜਿਹੜੀ ਅਗਲੀ ਵੀਡੀਓ ਆਏਗੀ ਉਹਦੇ 'ਚ ਸ਼ਾਇਦ ਵੀਰ ਹੋਣਾਂ ਨੂੰ ਜ਼ਿਕਰ ਕਰਾਂਗੇ ਆਪਾਂ ਬਾਕੀ ਰੂਮ ਆਪਣਾ ਵਧੀਆ ਘੈਂਟ ਆ ਅਤੇ ਹੁਣ ਆਪਾਂ ਰੂਮ 'ਚ ਬਹਿ ਗਏ ਹਾਂ ਅਤੇ ਰੋਟੀ ਪਾਣੀ ਆਪਾਂ ਖਾ ਲਈ ਸੀ ਹੁਣ ਰਾਤ ਨੂੰ ਆਪਾਂ ਰੋਟੀ ਪਾਣੀ ਬਾਹਰੋਂ ਖਾਵਾਂਗੇ ਅਤੇ ਕੱਲ੍ਹ ਤੋਂ ਜਿਹੜੀ ਆਪਣੀ ਰੋਟੀ ਪਾਣੀ ਆ ਉਹ ਇੱਥੇ ਸ਼ੁਰੂ ਹੋਣੀ ਆ ਬਾਹਰ ਜਾਣ ਦੀ ਲੋੜ ਨਹੀਂ ਆ ਅਤੇ ਜੋ ਆਪਾਂ ਪੈਸੇ ਬਾਹਰ ਦੇਣੇ ਆ ਉਹ ਵੀਰ ਨੂੰ ਦੇਵਾਂਗੇ ਇੱਥੇ ਜਿਹੜਾ ਵੀਰ ਰਹਿੰਦਾ ਇਹ ਹੈਗਾ ਵੀਰ ਕੇਰਲਾ ਦੇ ਆ ਕੇਰਲਾ ਦੇ ਬੰਦੇ ਆ ਇਹ ਭਾਸ਼ਾ ਵੀ ਇਹਨਾਂ ਦੀ ਉੱਦਾਂ ਦੀ ਆ ਜਿੱਦਾਂ ਮੇਰੇ ਹਿਸਾਬ ਨਾਲ ਤਾਮਿਲ ਬੋਲਦੇ ਆ ਜਾਂ ਨਾਡੂ ਬੋਲਦੇ ਇੱਦਾਂ ਦੀ ਭਾਸ਼ਾ ਆ ਅਤੇ ਮੈਨੂੰ ਵੀ ਸਮਝ ਆਉਂਦੀ ਹਿੰਦੀ ਬਾਕੀ ਇਹ ਆ ਵੀ ਜਿਹੜੀ ਹਿੰਦੀ ਆ ਉਹ ਸਾਰਿਆਂ ਨੂੰ ਸਮਝ ਜਿੱਥੇ ਆਉਂਦੀ ਆ ਆਪਾਂ ਜਿਹੜੀ ਗੱਲ ਉਹ ਹਿੰਦੀ 'ਚ ਕਰੀ ਦੀ ਸਾਰਿਆਂ ਨਾਲ ਹਿੰਦੀ ਲਾਜ਼ਮੀ ਹੈ ਆਪਾਂ ਕੋਈ ਵੀ ਦੁਕਾਨ 'ਤੇ ਚੱਲ ਜਾਓ ਇੱਥੇ ਹਿੰਦੀ ਲਾਜ਼ਮੀ ਹਿੰਦੀ ਸਾਰੇ ਹਿੰਦੀ 'ਚ ਗੱਲ ਕਰਦੇ ਆ ਅਤੇ ਬਾਕੀ ਆਪਾਂ ਜੇ ਗੱਲ ਕਰੀਏ ਨਾ ਇਹ ਇੱਥੇ ਸੌਂਗ ਵਗੈਰਾ ਉਹ ਵੀ ਹਿੰਦੀ 'ਚ ਹੁੰਦੇ ਆ ਅਤੇ ਬੋਲੀਵੁੱਡ ਜਿਹੜਾ ਆ ਉਹ ਹਰ ਜਗ੍ਹਾ ਮਸ਼ਹੂਰ ਆ ਉਹ ਦੁਬਈ 'ਚ ਵੀ ਬੋਲੀਵੁੱਡ ਮਸ਼ਹੂਰ ਆ ਆਪਣੇ ਜਿਹੜੇ ਦੁਬਈ ਦੇ ਬੋਲੀਵੁੱਡ ਜਿਹੜੇ ਐਕਟਰ ਇੰਡੀਆ ਦੇ ਆ ਉਹਨਾਂ ਦੀ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਹਰ ਦੁਕਾਨਾਂ 'ਤੇ ਵੱਡੇ ਵੱਡੇ ਸ਼ੋਅਰੂਮਾਂ 'ਤੇ ਲਓ ਜੀ ਆਪਾਂ ਪਹਿਲਾਂ ਗਏ ਸੀ ਗੁਰਦੁਆਰਾ ਸਾਹਿਬ ਫਿਰ ਆਪਾਂ ਬੀਚ 'ਤੇ ਗਏ ਸੀ ਬੀਚ 'ਤੇ ਘੁੰਮ ਕੇ ਹੁਣ ਆਪਾਂ ਆ ਗਏ ਹਾਂ ਰੂਮ ਦੇ ਵਿੱਚ ਅਤੇ ਬਾਈ ਆਪਣਾ ਇੱਕ ਹੋਰ ਵੀਰ ਨਵਾਂ ਆਇਆ ਹੋਇਆ ਇਹਨਾਂ ਨੇ ਜਾਣਾ ਅਮੈਰੀਕਾ ਅਤੇ ਬਾਕੀ ਅਮੈਰੀਕਾ ਜਿਹੜਾ ਪ੍ਰੋਸੀਜਰ ਆ ਥੋੜ੍ਹਾ ਹਾਈ ਆ ਮਤਲਬ ਜਾਣ 'ਤੇ ਟਾਈਮ ਲੱਗਣਾ ਮਹੀਨਾ ਲੱਗ ਸਕਦਾ ਦੋ ਵੀ ਲੱਗ ਸਕਦੇ ਆ ਬਾਕੀ ਅੱਜ ਆਪਾਂ ਗਏ ਸੀ ਬਾਹਰ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ ਇੱਥੇ ਪੀਣ ਵਾਸਤੇ ਕਿਉਂਕਿ ਪਾਣੀ ਜ਼ਿਆਦਾ ਜ਼ਿਆਦਾਤਰ ਮੁੱਲ ਹੀ ਲੈਣਾ ਪੈਂਦਾ ਹੈ ਪੀਣ ਵਾਲਾ ਸੋ ਆਪਾਂ ਉਹ ਲੈ ਕੇ ਆਏ ਉਹ ਆਪਾਂ ਕਿੱਦਾਂ ਲੈ ਕੇ ਆਏ ਹਾਂ ਉਹ ਤੁਹਾਨੂੰ ਹੁਣੇ ਦੱਸਦੇ ਹਾਂ ਆਪਾਂ ਸੋ ਤੁਸੀਂ ਆਹ ਦੇਖ ਸਕਦੇ ਹੋ ਵੀ ਇਹ ਜਿਹੜੀ ਬੋਤਲ ਆ ਇਹ ਹੈਗੀ ਆ 20 ਲੀਟਰ ਦੀ ਅਤੇ ਪਹਿਲਾਂ ਆਪਾਂ ਜਦੋਂ ਆਏ ਸੀ ਕੱਲ੍ਹ ਅਤੇ ਆਹ ਬਾਈ ਹੁਣੇ ਨਾਲ ਆ ਜਿੱਥੇ ਇਹਨਾਂ ਨੇ ਅਮੈਰੀਕਾ ਜਾਣਾ ਆ ਤਾਂ ਤੁਸੀਂ ਵੇਖ ਸਕਦੇ ਹੋ ਆਪਾਂ ਇਹਨਾਂ ਦੇ ਆਪਾਂ ਵਲੋਗ ਜਿਹੜੇ ਆ ਉਹ ਵਿੱਚ ਆਪਾਂ ਸ਼ਾਮਿਲ ਕਰਾਂਗੇ ਜਦੋਂ ਜਦੋਂ ਬਾਈ ਜਾਏਗਾ ਅਤੇ ਜੇ ਬਾਈ ਸਾਨੂੰ ਵੀਡੀਓ ਸੈਂਡ ਕਰੇਗਾ ਤਾਂ ਆਪਾਂ ਕਰਾਂਗੇ ਆਹ ਬਾਈ ਹੁਣੇ ਆ ਜਿਹਨਾਂ ਨੇ ਸਪੇਨ ਜਾਣਾ ਆ ਅਤੇ ਇਹਨਾਂ ਨੇ ਪਹਿਲਾਂ ਜਾਣਾ ਆ ਅਤੇ ਇਹਨਾਂ ਦੇ ਸਾਨੂੰ ਵੀਡੀਓ ਆਉਂਦੀ ਰਹਿਣਗੀਆਂ ਉਹ ਵੀ ਵਿੱਚ ਆਪਾਂ ਐਡ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਬਾਈ ਹੁਣੀ ਸਪੇਨ ਕਿੱਦਾਂ ਪਹੁੰਚਦੇ ਆ ਸੋ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਪਾਣੀ ਦੀ ਪਾਣੀ ਹੈਗਾ 20 ਲੀਟਰ ਦਾ ਥੱਲੇ ਆਪਾਂ ਗੱਲ ਕੀਤੀ ਦੁਕਾਨ 'ਤੇ ਉਹ ਕਹਿੰਦਾ ਵੀ 20 ਲੀਟਰ ਦਾ ਜਿਹੜਾ ਪਾਣੀ ਆ ਉਹ ਤੁਹਾਨੂੰ ਮਿਲੇਗਾ 20 ਰੁਪਏ ਦਾ ਉਹਦਾ ਦੇਗਾ 5 ਰੁਪਏ ਦੇ ਮਤਲਬ 6 ਰੁਪਏ ਦਾ 6 ਦਰਾਮ ਦੀ 6 ਦਰਾਮ ਦਾ ਆਪਾਂ ਹਿਸਾਬ ਲਾ ਲਈਏ ਅਤੇ ਇੰਡੀਆ ਦਾ ਬਣ ਗਿਆ ਆਪਣਾ ਜੇ ਆਪਾਂ ਇੰਡੀਆ ਹਿਸਾਬ ਲਾਈਏ ਤਾਂ ਬਣ ਗਿਆ 120 ਰੁਪਏ ਅਤੇ ਆਪਾਂ ਮਤਲਬ ਮੈਂ ਤਾਂ ਬਾਈ ਹੁਣ ਗਏ ਸੀ ਬਾਹਰ ਘੁੰਮਣ ਥੋੜ੍ਹਾ ਜਿਹਾ ਅਤੇ ਉੱਥੋਂ ਆਪਾਂ ਰਸਤੇ 'ਚ ਪੁੱਛਿਆ ਅਤੇ ਉਹਨੇ ਪਹਿਲਾਂ 15 ਗਿਆ ਫਿਰ ਆਪਾਂ ਥੋੜ੍ਹੀ ਬਹੁਤੀ ਕਨਵਰਸ ਕੀਤੀ ਹੈ ਵੀ ਵੀਰੇ ਵੀ ਆਪਾਂ ਇੱਦਾਂ ਇੰਡੀਆ ਤੋਂ ਆਏ ਆ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਜਿਹੜਾ ਬੰਦਾ 20 ਮੰਗਦਾ ਨਾ ਆਪਾਂ ਦੇਣੇ ਹੀ ਨਹੀਂ ਕਿਉਂਕਿ ਆਪਾਂ ਇੱਕ ਦੋ ਦੁਕਾਨ ਤੋਂ ਘੁੰਮ ਫਿਰ ਕੇ ਨਾ ਸਾਨੂੰ ਚੀਜ਼ ਸਸਤੀ ਮਿਲ ਜਾਏਗੀ ਅਤੇ ਕੋਸ਼ਿਸ਼ ਇਹ ਕਰਨੀ ਹੈ ਵੀ ਆਪਾਂ ਘੁੰਮ ਫਿਰ ਕੇ ਚੀਜ਼ ਲੈਣੀ ਹੈ ਬਾਹਰ ਆ ਕੇ ਬਾਈ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਜਦੋਂ ਆਪਾਂ ਕੋਈ ਚੀਜ਼ ਲੈਣੀ ਆ ਥੋੜ੍ਹਾ ਬਹੁਤਾ ਫਿਰ ਤੁਰ ਕੇ ਫਿਰ ਚੀਜ਼ ਆਪਾਂ ਲੈਣੀ ਆ ਕਿਉਂਕਿ ਇੱਥੇ ਲੱਗੀ ਫੱਗੀ ਰੇਟ ਲਾ ਲੈਂਦੇ ਆ ਕਿ ਇੰਡੀਆ ਨੂੰ ਵੇਖ ਕੇ ਨਾ ਵੀ ਇੰਡੀਅਨ ਲੋਕ ਆ ਇਹਨਾਂ ਨੂੰ ਰੇਟ ਦਾ ਨਹੀਂ ਪਤਾ ਆਪਾਂ ਕੋਸ਼ਿਸ਼ ਕਰਨੀ ਆ ਵੀ ਜਦੋਂ ਚੀਜ਼ ਲੈਣੀ ਆ ਜਿੱਦਾਂ ਅੱਜ ਇੱਥੋਂ ਪੁੱਛਿਆ ਅਤੇ ਥੋੜ੍ਹਾ ਅੱਗੇ ਜਾਓ ਉੱਥੇ ਵੀ ਪੁੱਛ ਲਓ ਚੀਜ਼ ਦਾ ਫਰਕ ਪੈ ਜਾਂਦਾ ਅਤੇ ਮੈਂ ਜਿੱਦਾਂ ਹੁਣ ਆਪਣੇ ਲਈ ਲਿਆ ਗਿਆ ਨਹੀਂ ਸੀ ਥਾਲੀ ਚਮਚਾ ਕਿਉਂਕਿ ਆਪਣਾ ਇੱਥੇ ਲਿਆਉਣਾ ਸੀ ਰੋਟੀ ਚਲੋ ਇੱਥੋਂ ਆਪਣੀ ਖਾਣੀ ਆ ਅਤੇ ਭਾਂਡੇ ਥੋੜ੍ਹੇ ਲਿਆਉਣੇ ਸੀ ਜਿੱਦਾਂ ਹੁਣ ਮੈਂ ਆਪਣੇ ਲਾਗੋ ਪੁੱਛ ਕੇ ਗਿਆ ਨਾ ਇਹ ਮੈਂ ਦਿੰਦਾ ਪਿਆ ਸੀ ਮਤਲਬ 12 ਦੀ ਅਤੇ ਜੇ ਆਪਾਂ ਅੱਗੇ ਗਏ ਹਾਂ ਉਹੀ ਥਾਲੀਆਂ ਨੂੰ ਸੇਮ ਮਿਲਦੀ ਪਈ ਆ 13.5 ਦੀ 13.5 ਦੀ ਤਾਂ ਤੁਸੀਂ ਲਾਓ ਹਿਸਾਬ ਵੀ ਰੁਪਈਏ 30 ਵੱਧ ਲੈ ਰਿਹਾ ਹੈ ਨਾ ਇਹ ਆਪਾਂ 30 ਰੁਪਏ ਘੱਟ ਲੈ ਰਿਹਾ ਅਤੇ ਇੱਦਾਂ ਆਪਾਂ ਚੀਜ਼ ਲੈਣੀ ਆ ਘੁੰਮ ਫਿਰ ਕੇ ਕਿਉਂਕਿ ਇੰਡੀਅਨ ਵੇਖ ਕੇ ਲੋਕ ਇੱਥੇ ਠੱਗਦੇ ਆ ਬਾਕੀ ਦੁਬਈ 'ਚ ਥੋੜ੍ਹੀ ਬਹੁਤੀ ਠੱਗੀ ਠੋਈ ਹੁੰਦੀ ਆ ਅਤੇ ਲੋਕ ਲੁੱਟਦੇ ਵੀ ਆ ਅਤੇ ਆਪਣਾ ਖਿਆਲ ਆਪ ਰੱਖਣਾ ਹੈ ਜਦੋਂ ਵੀ ਆਉਣਾ ਥੋੜ੍ਹਾ ਚੰਟੋ ਗਿਆਣਾ ਦੁਬਈ ਦੇ ਵਿੱਚ ਇੰਨਾ ਖਿਆਲ ਰੱਖਿਓ ਬਾਕੀ ਆਪਾਂ ਵਲੋਗ ਫਿਰ ਕੰਟੀਨਿਊ ਕਰਾਂਗੇ ਜੇਕਰ ਆਪਾਂ ਅੱਗੇ ਪਿੱਛੇ ਜਾਂਦੇ ਹਾਂ ਹੋਰ